नमस्कार दोस्तों, मैं किरण विशिष्ट लेके हाजरा खरिया 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 खरे गल करते कि अक्सर ऐसिया वीडियो जो वायरल होंगे ने उन्होंने वीडियो के आखिरकार सच्चाई की होंगी है असी उसकी पुष्टि कदे भी नहीं की, लेकिन इन्होंने वीडियो ने सोशल मीडिया उपर एक मैसेज जरूर छड़दियां ने। उस मैसेज का प्रभाव समाज के उपर सही पैंदा है या गलत पैंदा है ये भी वेखना होंदा। लेकिन हुण एक जो वीडियो वायरल हो रही है वह किसी गुरु घर की दसी जा रही है, तो इस गुरु घर के जो सेवा लई नियुक्त व्यक्ति है नियुक्त ग्रंथी साहब ने उन्हां वल्लों साफ तौर के उपर कहा जा रहा है कि जेकर गुरुद्वारे आना है तो पैसों का मथा टेकना पेगा, नहीं तो जे गुरुद्वारे नहीं आना तो ना आओ। पहले तुसी ये वीडियो वेखो, ये वीडियो वायरल हो रही है, इस वीडियो की सच्चाई की है ये भी देखते हैं। आपां परसों की गल सी, इतो दो जने मतलब के प्रसाद लेगा एक उत्थे रहेगा, दूजा कहना भी लैला प्रसाद मैं चल जाऊंगा बिना तेन मलो मिल जाएगा प्रसाद कोई जो तू गुरुद्वारे आया तो प्रसाद लिया तू तो नहीं तो तेन भाई तरक दो ना तू रब के दसो जिसने किन्ने रुपये देके चलू ना जो तरकिया की गल करते हैं बाकी की ਜਿਹੜਾ ਪਜਾਉਂਦਾ ਜੇ ਕੋਈ ਨਹੀਂ ਵੀ ਹੁੰਦੇ ਕਈ ਵਾਰ ਨਹੀਂ ਦੇਖਦਾ ਕੋਈ ਇਕੱਠੇ ਵੀ ਦੇਖਦਾ ਕੋਈ ਕਿਵੇਂ ਦੇਖਦਾ ਸਭ ਕਰਦੇ ਨੂੰ ਪਰ ਤਰਕ ਕਰਨ ਦੀ ਕੀ ਲੋੜ ਦੱਸੋ ਵੀ ਨਹੀਂ ਮੁੰਡਿਆਂ ਨਸ਼ਿਆਂ ਦੇ ਲਾਜਾ ਜਦੋਂ ਤੁਹਾਡੇ ਵਰਗੇ ਫਿਰ 14 ਵਜੇ ਲੱਗੀ ਜਾਣ ਨਸ਼ਾ ਤੇ ਸਾਨੂੰ ਠੇਕਾ ਲਿਆ ਮੁੰਡਿਆਂ ਦਾ ਅਸੀਂ ਕੋਈ ਕੁਛ ਲੈਣਾ ਕਿ ਮੁੰਡਿਆਂ ਤੋਂ ਸਾਨੂੰ ਨਾ ਮੁੰਡਿਆਂ ਦੀ ਲੋੜ ਹੈ ਨਾ ਸਾਨੂੰ ਕੋਈ ਅਸੀਂ ਪ੍ਰਚਾਰ ਕਰਨਾ ਸਿੱਖੀ ਨਾਲ ਬਾਣੀ ਪੜ੍ਹਨੀ ਹੈ ਜਿਹੜਾ ਕੋਈ ਸਿੱਧਾ ਹੋ ਕੇ ਆਜੂ ਆਜੂ ਨਹੀਂ ਆਉਣਾ ਨਾ ਬਾਣੀ ਦਾ ਵਿਚਾਰਾ ਤੂੰ ਬੋਲਣ ਲੱਗਾ ਇਹ ਤੈਨੂੰ ਬਾਣੀ ਦਾ ਪਤਾ ਹੋਊ ਉਹ ਮੈਂ ਇਹਨੂੰ ਬਾਣੀ ਤੂੰ ਸਿਖਾਉਣਾ ਹੈ ਬਾਣੀ ਤੈਨੂੰ ਨਹੀਂ ਬਾਬਾ ਜੀ ਗੱਲ ਸੁਣ ਜਿਹੜੀ ਗੱਲ ਠੀਕ ਹੈ ਉਹ ਤਾਂ ਗੱਲ ਜਿਹੜੀ ਬੱਕਰੀ ਆ ਉਹ ਗੱਲ ਨਹੀਂ ਹੈਗੀ ਤੁਸੀਂ ਸਿੱਧਾ ਸਪੱਟ ਕਹਿ ਦੋ ਵੀ ਜਿਹੜਾ ਮੇਰੇ ਗੁਰਦਾਰ ਹੋਊਗਾ ਭਾਈ ਮੱਥਾ ਟੇਕ ਹਾਂ ਵੀ ਮੱਥਾ ਟੇਕ ਭਾਈ ਤਾਂ ਇਹ ਗੱਲ ਨਾ ਕਹਿੰਦੇ ਵੀ ਕਹਿੰਦੇ ਮੈਂ ਲਿਖ ਕੇ ਵੀ ਲਾਉਂਗਾ ਇੱਥੇ ਹਾਂ ਲਿਖ ਕੇ ਲਾਓ ਜੀ ਹਾਂ ਵੀ ਜਿਹੜੀ ਉਹਨੇ ਨਾ ਜਿਹੜਾ ਇੱਥੇ ਬੈਠੋ ਚੌਂਕੀ ਵਾਲੇ ਵੀ ਫਰੀ ਦੇ ਵਿੱਚ ਰੋਟੀਆਂ ਖਾਣ ਵਾਲਾ ਗੁਰਦੁਆਰੇ ਚ ਜਿਹੜਾ ਬੈਠੇ ਨੂੰ ਪ੍ਰਸ਼ਾਦ ਹੀ ਬਣਾ ਕੇ ਬੈਠੇ ਵੀ ਮਿਲਦਾ ਹੁਣ ਗੋਲ ਕਰਕੇ ਪਹਿਲੇ ਕਰਦੇ ਨੀ ਤੁਸੀਂ ਕਰਦੇ ਆ ਫਿਰ ਬਿੱਲ ਵੀ ਭਰਦੇ ਹੁੰਦੇ ਨੀ ਬਿੱਲ ਭਰ ਕੇ ਕੀ ਨਾ ਕਰਨਾ ਦੀ ਗੱਲ ਕਰਦੇ ਅਸੀਂ ਤੁਸੀਂ ਰਹਿੰਦੇ ਭਰਨਾ ਬਿੱਲ ਭਰਨਾ ਪੂਜੂ ਚਲਾਉਂਗੇ ਤੁਸੀਂ ਸਾਰਾ ਕੁਝ ਬਿੱਲ ਭਰਨਾ ਪਊਗਾ ਹੁਣ ਕੋਈ ਲਾਹਮ ਦਾ ਅੱਗੇ ਭਰੂਗਾ ਜਿਹੜਾ ਲੜਾਈ ਕਰਦਾ ਵਾ ਨਾ ਅਸੀਂ ਨਹੀਂ ਗੱਲ ਕਰਦੇ ਹਾਂ ਬਾਬਾ ਜੀ ਤੁਸੀਂ ਲਿਖ ਕੇ ਲਾਓ ਵੇ ਤੁਸੀਂ ਗੁਰਦਾਰੇ ਜੀ ਨੇ ਕਿਹਾ ਇੱਕ ਦਮ ਜੀ ਨੇ ਕਿਹਾ ਬੋਲਿਆ ਕੌਣ ਸਾਡੇ ਜੋ ਬੋਲਿਆ ਕੁਛ ਤਾਂ ਸਾਨੂੰ ਲੋੜ ਨਹੀਂ ਛੋਟੇ ਮੱਥੇ ਦੀ ਅਸੀਂ ਤਾਂ ਮੱਥਾ ਟੇਕ ਆਵਾਂਗੇ ਬਾਬੇ ਮੱਥਾ ਟੇਕ ਆਵਾਂਗੇ ਕੋਈ ਤੇ ਤਾਂ ਪ੍ਰਸਾਦ ਨਹੀਂ ਲੈਣੇ ਜਿੱਤੀ ਜੀ ਨੇ ਬਾਬਾ ਠੀਕ ਹੈ ਨਾ ਇਹ ਗੱਲ ਹੈ ਕਰਕੀ ਬੰਦੇ ਨੂੰ ਮੱਥਾ ਟੇਕਣ ਨਹੀਂ ਦਿੰਦੇ ਹਾਂ ਬਾਕੀ ਜਿਹੜਾ ਦੋਵੇਂ ਦੋ ਵਾਰੀ ਆਈ ਚੱਲੇ ਇੱਥੇ ਲਿਖ ਕੇ ਲਾਓ ਜੀ ਬਾਹਰ ਅਸੀਂ ਨਾ ਲਿਖ ਕੇ ਲਾਈਏ ਤਾਂ ਲੋੜ ਹੈ ਕਿਉਂ ਬੰਦਾ ਆਊਗਾ ਗੁਰਦਾਰੇ ਗੁਰਦਾਰੇ ਦਾ ਤਾਂ ਨਹੀਂ ਅਸੀਂ ਰੋਜ਼ ਵਾਲੀ ਗੱਲ ਕਰਦੇ ਹਾਂ ਬਾਕੀ ਗੁਰਦਾਰੇ ਗੱਲ ਰੋਜ਼ ਵਾਲੇ ਭਾਵੇਂ ਕੋਈ ਮਰਜ਼ੀ ਆ ਇਹ ਤਾਂ ਤੁਹਾਡੀ ਗੱਲ ਕਹਿਣ ਦਾ ਹੱਕ ਬਣਦਾ ਨਹੀਂ ਵੀ ਗੁਰਦੁਆਰੇ ਕੋਈ ਨਾ ਆਵੇ ਗੁਰਦਾਰੇ ਤਾਂ ਨਹੀਂ ਡਾ ਸਕਦੇ ਗੁਰਦੁਆਰੇ ਦਾ ਕੋਈ ਨਹੀਂ ਡਾ ਸਕਦਾ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਨਾ ਆਵੇ ਕੋਈ ਅਸੀਂ ਆਏ ਮੱਥਾ ਟੇਕਿਆ ਮੈਂ ਟੇਕੀ ਜਾਂਦਾ ਜੀ ਉਹ ਮੁੰਡਾ ਆਇਆ ਬਾਬਾ ਪਾਠ ਕਰੀ ਜਾਂਦਾ ਜੀ ਪਾਠ ਦੇ ਵਿੱਚੋਂ ਲਾਗੇ ਬੋਲੋ ਪਾਠ ਛੱਡ ਕੇ ਬੋਲਣ ਦੀ ਕੀ ਲੋੜ ਹੈਗੀ ਭਰੂਗਾ ਤੇਰੀ ਪੈਸੇ ਨਹੀਂ ਟੇਕਦੇ ਫਲਾਣਾ ਤੁਸੀਂ ਜਾਣ ਕੇ ਦਰਕੀ ਹੋ ਸਰ ਤੁਸੀਂ ਜਿੱਦੇ ਨਾ ਉਹਨਾਂ ਨੂੰ ਦੱਸੋ ਕਿੰਨੇ ਰੁਪਏ ਮੱਥੇ ਟੇਕ ਚਾਹੇ ਜਮਾ ਹੀ ਟੇਕਿਆ ਚਾਹੇ ਸਾਡੇ ਹੀ ਨਹੀਂ ਟੇਕਿਆ ਸੀ ਸਾਡੀ ਸਾਡੀ ਸਾਡਾ ਕੀ ਬਾਜੀ ਸਾਡੀ ਸਾਡਾ ਰੱਖੋ ਤੁਸੀਂ ਗੁਰੂ ਮਹਾਰਾਜ ਮੇਰੇ ਗੁਰਦਾਰੇ ਬੜੇ ਹੋਣਾ ਕਹਿ ਰਹੇ ਤੂੰ ਲਿਖ ਕੇ ਦੇ
ਬੜਿਓ ਸੋ ਤੁਸੀਂ ਸਾਰੀ ਦੀ ਸਾਰੀ ਵੀਡੀਓ ਦੇਖੀ। ਇਸ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਇੱਕ ਹਨੇਰੇ ਕਮਰਾ, ਹਾਲਾਂਕਿ ਲਾਈਟ ਬਹੁਤ ਵਧੀਆ ਨਹੀਂ ਪੈ ਰਹੇ ਹੈਗੇ ਇਸ ਵੀਡੀਓ ਦੇ ਵਿੱਚ, ਲੇਕਿਨ ਆਵਾਜ਼ਾਂ ਜਿਹੜੀਆਂ ਹੈ ਉਹ ਸਪਸ਼ਟ ਤੁਸੀਂ ਸੁਣ ਸਕਦੇ ਹੋ, ਜੋ ਕਿ ਇੱਥੇ ਨਿਯੁਕਤ ਵਿਅਕਤੀ ਹੈ ਜੋ ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਕਰ ਰਿਹਾ ਹੈ। ਉਸ ਦਾ ਸਾਫ਼ ਤੌਰ ਦੇ ਉੱਪਰ ਕਹਿਣਾ ਕਿ ਪੱਖੇ ਵੀ ਚੱਲਦੇ ਨੇ, ਇਹਨਾਂ ਦੇ ਬਿੱਲ ਵੀ ਆਉਂਦੇ ਨੇ, ਉਹ ਵੀ ਅਸੀਂ ਭਰਨੇ ਨੇ। ਜੋ ਵੀ ਇਹਨਾਂ ਦੇ ਬੋਲਣ ਦਾ ਅੰਦਾਜ਼ ਆ ਤੁਸੀਂ ਵੇਖ ਹੀ ਲਿਆ ਹੈਗਾ ਕਿ ਇਹ ਸ਼ੋਭਾ ਦਿੰਦਾ ਹੈ ਕਿਸੇ ਗੁਰੂ ਘਰ ਦੇ ਵਿੱਚ ਬੈਠ ਕੇ ਉਸ ਵਿਅਕਤੀ ਦੇ ਮੂੰਹੋਂ ਜੋ ਉਸੇ ਗੁਰਦੁਆਰਾ ਦੇ ਉਸ ਗੁਰੂ ਘਰ ਦੀ ਸੇਵਾ ਨਿਭਾ ਰਿਹਾ ਹੋਵੇ, ਉਸ ਦੀ ਦੇਖ ਰੇਖ ਕਰ ਰਿਹਾ ਹੋਵੇ। ਇਹ ਸ਼ਬਦ ਜਿਹੜੇ ਬੋਲੇ ਗਏ ਨੇ, ਇਹਨਾਂ ਸ਼ਬਦਾਂ ਦਾ ਕੀ ਜਾਪ ਰਿਹਾ ਹੈ ਕਿ ਜਦੋਂ ਇਹਨਾਂ ਵਿਅਕਤੀਆਂ ਵੱਲੋਂ ਕਿਹਾ ਗਿਆ ਕਿ ਲੜਕੀਆਂ ਨੂੰ ਸੇਧ ਦੇਣੀ ਚਾਹੀਦੀ ਹੈ, ਲੜਕੀਆਂ ਨੂੰ ਗੁਰਬਾਣੀ ਸਿਖਾਉਣੀ ਚਾਹੀਦੀ ਹੈ, ਇਸ ਉੱਪਰ ਵੀ ਉਹਨਾਂ ਨੇ ਕਿਹਾ ਕਿ ਜਿਹਨੇ ਆਉਣਾ ਉਹ ਆ ਜਾਵੇ, ਜਿਹਨੇ ਨਹੀਂ ਆਉਣਾ ਉਹਦੀ ਵੀ ਮਰਜ਼ੀ ਹੈ। ਜੋ ਕਿ ਸ਼ਬਦ ਨੇ ਉਹ ਸ਼ਬਦ ਨਿਰਮਤਾ ਦੇ ਨਾਲ, ਯਾਨੀ ਕਿ ਨਿਰਮਲ ਸ਼ਬਦ ਹੋਣੇ ਚਾਹੀਦੇ ਹਨ ਇਸ ਗੁਰੂ ਘਰ ਦੇ ਵਿੱਚ ਜੋ ਵੀ ਗੁਰੂ ਸਿੱਖ ਸੇਵਾ ਕਰ ਰਹੇ ਨੇ ਉਹਨਾਂ ਲਈ। ਲੇਕਿਨ ਇਹ ਵੀਡੀਓ ਵਾਇਰਲ ਹੋ ਰਹੀ ਹੈ, ਇਸ ਵੀਡੀਓ ਦੀ ਅਸੀਂ ਪੁਸ਼ਟੀ ਨਹੀਂ ਕਰਦੇ, ਪਰੰਤੂ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਵੀਡੀਓ ਵਾਇਰਲ ਹੁੰਦੀ ਹੈ ਤਾਂ ਉਹਦੇ ਜੋ ਮੈਸੇਜ ਨੇ ਉਹ ਪੂਰੇ ਸਮਾਜ ਵਿੱਚ ਜਾਂਦੇ ਨੇ। ਸੋ ਇਸ ਤਰ੍ਹਾਂ ਦੇਖਦੇ ਰਹੋ, ਖਰਿਆਂ ਖਰਿਆਂ ਤਾਂ ਦੇਖਦੇ ਰਹਿਣਾ A1 ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ। A1 ਪੰਜਾਬੀ ਕੀ ਨਈ ਅਪਡੇਟ ਜਾਣਨੇ ਕੇ ਲੀਏ ਬੈਲ ਆਇਕਨ ਪਰ ਕਲਿੱਕ ਕਰੇ ਔਰ A1 ਪੰਜਾਬੀ ਕੋ ਸਬਸਕ੍ਰਾਈਬ ਕਰੇ।